UNO ਜਨੇਵਾ ਵਿਖੇ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਵੱਲੋਂ ਆਜ਼ਾਦੀ ਮਾਰਚ 15 ਅਗਸਤ ਨੂੰ ਕੀਤਾ ਜਾ ਰਿਹਾ ਹੈ। ਇਹ ਮਾਰਚ ਕਸ਼ਮੀਰੀਆਂ ਵੱਲੋਂ ਅਤੇ ਹੋਰ ਘੱਟ ਗਿਣਤੀਆਂ ਵੱਲੋਂ ਭਾਰਤ ਸਰਕਾਰ ਦੇ ਤਸ਼ੱਦਦ ਦੇ ਖਿਲਾਫ ਸਾਂਝੇ ਮੋਰਚੇ ਥੱਲੇ ਕੀਤਾ ਜਾ ਰਿਹਾ ਹੈ। ਦਹਾਕਿਆਂ ਤੋਂ ਭਾਰਤੀ ਹਕੂਮਤ ਨੇ ਲੋਕਤੰਤਰ ਦੀ ਚਾਦਰ ਹੇਠ ਭੀੜਤੰਤਰ ਦੇ ਡੰਡੇ ਨਾਲ ਭਾਰਤ ਵਿੱਚ ਵਸਦੀਆਂ ਘੱਟ ਗਿਣਤੀ ਕੌਮਾਂ ਨੂੰ ਦੱਬਣ, ਕੁਚਲਣ ਅਤੇ ਮਕਾਉਣ ਲਈ ਹਰ ਹਰਬਾ ਵਰਤਿਆ। ਰਾਸ਼ਟਰਵਾਦ ਦੇ ਨਾਮ 'ਤੇ, ਅੱਤਵਾਦ ਦੇ ਨਾਮ 'ਤੇ ਅਤੇ ਦੇਸ਼ ਦੀ ਅਖੰਡਤਾ ਦੇ ਨਾਮ 'ਤੇ ਦਹਾਕਿਆਂ ਤੋਂ ਇੱਥੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ, ਧਾਰਮਿਕ ਸਥਾਨਾਂ ਨੂੰ ਢਹਿ ਢੇਰੀ, ਦੰਗੇ ਫਸਾਦ, ਧੀਆਂ ਦੀ ਬੇਪੱਤੀ, ਨੌਜਵਾਨੀ 'ਤੇ ਵਹਿਸ਼ੀ ਤਸ਼ੱਦਦ, ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਲੱਖਾਂ ਦੀ ਤਾਦਾਦ ਵਿੱਚ ਕਤਲੋਗਾਰਤ, 80% ਕੁਰਬਾਨੀਆਂ ਦੇ ਕੇ ਆਜ਼ਾਦੀ ਲੈਣ ਵਾਲੀ ਸਿੱਖ ਕੌਮ ਦੀ ਸ਼ਰੇਆਮ ਨਸਲਕੁਸ਼ੀ, ਨਿਰੰਤਰ ਚੱਲ ਰਹੇ ਇਸ ਨਰਕ ਭਰੇ ਵਰਤਾਰੇ 'ਤੇ ਆਵਾਜ਼ ਬੁਲੰਦ ਕਰਨ ਦੇ ਲਈ ਸਿੱਖਾਂ, ਕਸ਼ਮੀਰੀਆਂ, ਤਾਮਿਲਾਂ, ਮੂਲ ਨਿਵਾਸੀ ਸੰਘ ਅਤੇ ਸੰਸਾਰ ਭਰ ਦੇ ਅਮਨ ਪਸੰਦ, ਆਜ਼ਾਦੀ ਪਸੰਦ, ਮਨੁੱਖਤਾਵਾਦੀ ਲੋਕਾਂ ਵੱਲੋਂ ਸਾਂਝੇ ਤੌਰ 'ਤੇ ਮਿਤੀ 15 ਅਗਸਤ 2019 ਨੂੰ UNO ਦੇ ਜਨੇਵਾ ਦਫ਼ਤਰ ਦੇ ਸਾਹਮਣੇ ਆਜ਼ਾਦੀ ਮਾਰਚ ਅਤੇ ਆਜ਼ਾਦੀ ਰੈਲੀ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।